ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਲਾ ਜੀ 1 ਨਵੰਬਰ ਦੀ ਡਿਬੇਟ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਫਿਰ ਨਵੇਂ ਐਲਾਨ ਕੀਤੇ ਨੇ ਸੋ ਇਸ ਡਿਬੇਟ ਦੇ ਲਈ ਵਿਰੋਧੀ ਪਾਰਟੀਆਂ ਦੇ ਜਿਹੜੇ ਲੀਡਰਸ ਆਣੇ ਨੇ ਉਹਨਾਂ ਲਈ ਕੁਰਸੀਆਂ ਵੀ ਲੱਗਣਗੀਆਂ ਤੇ ਚਾ ਕਾਫੀ ਕੌਫੀ ਦੇ ਪ੍ਰੋਗਰਾਮ ਦੇ ਲਈ ਵੀ ਹੁਣੇ ਤੋਂ ਜੋ ਹੈ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਗਏ ਨੇ ਸੋ ਕਿਵੇਂ ਵੇਖਦੇ ਹੋ ਇਸ ਆਪਾਸੇ ਕਿਉਂਕਿ ਦੂਜੇ ਪਾਸੇ ਆਪਾਂ ਵਿਰੋਧੀ ਧਿਰਾਂ ਦੇ ਵੀ ਗੱਲ ਕਰ ਲਈਏ ਤਾਂ ਵਿਰੋਧੀ ਧਿਰਾਂ ਦੇ ਸੋ ਕੁਝ ਹੋਰ ਵੀ ਦਿਖ ਰਹੇ ਨੇ ਸੁਣਨ ਨੂੰ ਮਿਲ ਰਹੇ ਨੇ ਖਾਸ ਕਰਕੇ ਆਪਾਂ ਸੁਖਬੀਰ ਬਾਦਲ ਦੀ ਗੱਲ करिए ਕੱਲ ਸੁਖਬੀਰ ਬਾਦਲ ਨੇ ਇਹ ਗੱਲ ਕਹੀ ਕਿ ਉਹ ਡਿਬੇਟ ਤਾਂ ਕਰਨਾ ਚਾਹੁੰਦੇ ਨੇ ਪਰ ਉਹ ਕਹਿੰਦੇ ਅਸੀਂ ਭਗਵੰਤੂ ਮਾਨ ਦੇ ਨਾਲ ਨਹੀਂ ਕੇਜਰੀਵਾਲ ਦੇ ਨਾਲ ਜੋ ਹੈ ਡਿਬੇਟ ਕਰਾਂਗੇ ਸੋ ਤੁਸੀਂ ਕੀ ਕਹੋਗੇ ਹੁਣ ਜੋ ਇਹ ਸਿਆਸੀ ਸਥਿਤੀਆਂ ਬਣ ਰਹੀਆਂ ਨੇ ਜਾਂ ਆਪਾਂ ਵਿਰੋਧ ਦੇ ਧਿਰਾਂ ਦੀ ਗੱਲ ਕਰ ਲਈਏ ਖਾਸਾ ਤੇ ਸੁਖਬੀਰ ਬਾਦਲ ਦੇ ਇਸ ਬਿਆਨ ਦੀ ਗੱਲ ਕਰ ਲਈਏ ਕੀ ਕਹਿਣਾ ਚਾਹੋਗੇ ਹਰਜੋਤ ਜੀ 1 ਨਵੰਬਰ ਦੀ ਜਿਹੜੀ ਡਿਬੇਟ ਹੈ ਉਹ ਮੁੱਦਾ ਬਹੁਤ ਜ਼ਿਆਦਾ ਭਖ ਗਿਆ ਦੁਨੀਆਂ ਦੇ ਸਾਰੇ ਮੁਲਕਾਂ ਦੇ ਵਿੱਚ ਇਸ ਗੱਲ ਦੇ ਉੱਤੇ ਨਜ਼ਰ ਹੈ ਕਿ ਜਿਹੜੀ ਪੰਜਾਬ ਦੇ ਵਿੱਚ ਡਿਬੇਟ ਹੋਣੀ ਹੈ 1 ਨਵੰਬਰ ਨੂੰ ਉਹ ਕਿਸ ਤਰ੍ਹਾਂ ਦੀ ਹੋਏਗੀ ਅਸਲ 'ਚ ਨਿਊਜ਼ੀਲੈਂਡ ਹੋਵੇ ਅਮਰੀਕਾ ਹੋਵੇ ਕੈਨੇਡਾ ਹੋਵੇ ਜਾਂ ਆਸਟ੍ਰੇਲੀਆ ਜਾਂ ਯੂਕੇ ਵੀ ਹੋਵੇ ਉਹਨਾਂ ਮੁਲਕਾਂ ਦੇ ਵਿੱਚ ਬਹੁਤ ਸਿਹਤਮੰਦ ਡਿਬੇਟ ਹੁੰਦੀ ਹੈ ਪੋਲਿਟੀਕਲ ਡਿਬੇਟ ਪਾਰਲੀਮੈਂਟ 'ਚ ਵੀ ਹੁੰਦੀ ਹੈ ਔਰ ਪਬਲਿਕ ਮੰਚਾਂ 'ਤੇ ਵੀ ਹੁੰਦੀ ਹੈ ਔਰ ਚੋਣਾਂ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਚੋਣ ਪ੍ਰਚਾਰ ਹੈ ਉਹ ਬੜੀ ਸਿਹਤਮੰਦ ਡਿਬੇਟ ਦੇ ਰੂਪ ਦੇ ਵਿੱਚ ਹੁੰਦਾ ਹੈ ਔਰ ਉਹਦੇ ਵਿੱਚ ਜਿਹੜਾ ਲੀਡਰ ਵੀ ਆਪਣੀ ਪਛਾਣ ਬਣਾ ਜਾਂਦਾ ਹੈ ਲੋਕਾਂ 'ਚ ਲੋਕਾਂ ਨੂੰ ਲੱਗਦਾ ਹੈ ਕਿ ਉਹ ਸਾਡੇ ਮੁੱਦਿਆਂ ਨੂੰ ਗੰਭੀਰਤਾ ਦੇ ਨਾਲ ਸਮਝ ਰਿਹਾ ਹੈ ਤੇ ਲੋਕ ਉਹਨੂੰ ਚੋਣ ਵੀ ਲੈਂਦੇ ਨੇ ਪਰ ਸਾਡੇ ਜਿਹੜੀ ਡਿਬੇਟ ਹੋਣੀ ਹੈ ਸਾਡੀ ਡਿਬੇਟ 'ਚ ਖਤਰਾ ਇਹ ਹੈ ਕਿ ਸਾਡੀ ਡਿਬੇਟ ਜ਼ਿਆਦਾ ਕੋੜੀ ਨਾ ਹੋ ਜਾਏ ਸਾਡੀ ਡਿਬੇਟ 'ਚ ਖਤਰਾ ਇਸ ਗੱਲ ਦਾ ਵੀ ਹੈ ਕਿ ਸਾਡਾ ਕੋਈ ਲੀਡਰ ਮੈਣੋ ਮੈਣੀ ਜਾਂ ਗਾਲੋ ਗਾਲੀ ਨਾ ਹੋ ਜਾਏ ਕਿਉਂਕਿ ਕੁਝ ਵੀ ਹੋ ਸਕਦਾ ਹੈ ਪਰ ਉਮੀਦ ਕਰਦੇ ਹਾਂ ਕਿ ਸਾਡੇ ਲੀਡਰ ਜਿਹੜੇ ਡਿਬੇਟ ਕਰਨਗੇ ਬਿਲਕੁਲ ਸ਼ਾਂਤ ਬਣਨਗੇ ਮਿੱਠੇ ਹੋ ਕੇ ਫਰਮੇ ਨਾਲ ਔਰ ਬਿਲਕੁਲ ਅਨਸ਼ਾਸਨ ਦੇ ਵਿੱਚ ਡਿਬੇਟ ਕਰਨਗੇ ਚਲੋ ਇਹ ਤਾਂ ਗੱਲ ਹੋ ਗਈ ਡਿਬੇਟ ਦੀ ਪਰ ਕੀ ਡਿਬੇਟ ਹੋਊਗੀ ਇਹ ਇੱਕ ਵੱਖਰਾ ਸਵਾਲ ਹੈ ਔਰ ਭਗਵੰਤਮਾਨ ਲਗਾਤਾਰ ਸੱਦੇ ਦੇ ਰਹੇ ਨੇ ਕਿ ਅਸੀਂ ਡਿਬੇਟ ਕਰਨੀ ਹੈ ਤੇ ਮੈਂ ਭਗਵੰਤਮਾਨ ਕਹਿੰਦੇ ਡਿਬੇਟ ਵਾਲੀ ਥਾਂ ਤੇ ਇੱਕ ਤਰੀਕ ਨੂੰ ਜਾਊਂਗਾ 1 ਨਵੰਬਰ ਨੂੰ ਜਾਊਂਗਾ ਹੁਣ ਵਿਰੋਧੀ ਸ਼ੁਰੂ ਚ ਤਾਂ ਲਲਕਾਰੇ ਮਾਰ ਕੇ ਕਹਿ ਰਹੇ ਸੀ ਕਿ ਸਾਨੂੰ ਚੈਲੰਜ ਕਬੂਲ ਹੈ ਅਸੀਂ ਜਾਵਾਂਗੇ ਅਸੀਂ ਕਿਤੇ ਵੀ ਡਿਬੇਟ ਕਰ ਸਕਦੇ ਆ ਉਸ ਤੋਂ ਪਹਿਲਾਂ ਸੱਦੇ ਵੀ ਮਾਰਦੇ ਸੀ ਵੀ ਸਾਡੇ ਨਾਲ ਭਗਵੰਤ ਮਾਨ ਡਿਬੇਟ ਕਰ ਲੈ ਕਈਆਂ ਨੇ ਵੱਖ-ਵੱਖ ਸਮੇਂ ਤੇ ਗੱਲਾਂ ਕੀਤੀਆਂ ਨੇ ਕਿ ਮੇਰੇ ਨਾਲ ਜਿੱਥੇ ਮਰਜ਼ੀ ਡਿਬੇਟ ਕਰ ਲਓ ਇਹ ਆਮ ਗੱਲ ਹੈ ਪਰ ਭਗਵੰਤ ਮਾਨ ਹੁਣ ਦ੍ਰਿੜ ਇਰਾਦੇ ਵਾਲਾ ਮੁੱਖ ਮੰਤਰੀ ਬਣ ਗਿਆ ਭਗਵੰਤ ਮਾਨ ਕਹਿ ਰਿਹਾ ਕਿ ਮੈਂ ਡਿਬੇਟ ਕਰੂੰਗਾ ਕੱਲ ਜਿਹੜੇ ਨਵੇਂ ਨਵ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਸੀ ਪੁਲਿਸ ਦੇ ਵਿੱਚ ਜਿਹੜੀਆਂ ਨਵੀਆਂ ਭਰਤੀਆਂ ਹੋਈਆਂ ਕੱਲ ਚੰਡੀਗੜ੍ਹ ਦੇ ਵਿੱਚ ਉੱਥੇ ਭਗਵੰਤ ਮਾਨ ਮੰਚ ਤੇ ਇੱਕ ਵਾਰ ਫਿਰ ਇਹ ਮੁੱਦਾ ਛੇੜ ਜਾਂਦੇ ਨੇ ਭਗਵੰਤ ਮਾਨ ਜਿਹੜੇ ਨਵੇਂ ਪੁਲਿਸ ਦੇ ਮੁਲਾਜ਼ਮ ਤੇ ਅਫਸਰ ਚੁਣੇ ਗਏ ਨੇ ਉਹਨਾਂ ਨੂੰ ਹਸਾਉਂਦੇ ਵੀ ਖੂਬ ਨੇ ਤੇ ਤਸੱਲੀ ਉਹਨਾਂ ਨੇ ਹਸਾ ਹਸਾ ਕੇ ਉਹਨਾਂ ਦੀ ਵੀ ਕਰਾਈ ਤੇ ਪੰਜਾਬੀਆਂ ਦੀ ਵੀ ਕਰਾਈ ਤੇ ਭਗਵੰਤ ਮਾਨ ਨੇ ਇਹ ਵੀ ਕਹਿਤਾ ਕਿ 1 ਨਵੰਬਰ ਦੀ ਡਿਬੇਟ 'ਚ ਉਹ ਭਾਵੇਂ ਆਣ ਜਾਂ ਨਾ ਮੈਂ ਜਾਊਂਗਾ ਤੇ ਕੁਰਸੀਆਂ ਵੀ ਲੱਗਣਗੀਆਂ ਤੇ ਕੁਰਸੀਆਂ ਤੇ ਉਹਨਾਂ ਦੇ ਨਾਮ ਵੀ ਲਿਖ ਕੇ ਰੱਖਾਂਗੇ ਜਿਵੇਂ ਟੈਲੀਵਿਜ਼ਨ ਚੈਨਲਾਂ 'ਚ ਡਿਬੇਟ ਹੁੰਦੀ ਹੈ ਕਈ ਵਾਰੀ ਕਿਸੇ ਪਾਰਟੀ ਦਾ ਬੁਲਾਰਾ ਜਾਂਦਾ ਨਹੀਂ ਕਈ ਜਰਨਲ ਨੇ ਜਿੱਥੇ ਆਮ ਆਦਮੀ ਪਾਰਟੀ ਦਾ ਬੁਲਾਰਾ ਨਹੀਂ ਜਾਂਦਾ ਕਈ ਚੈਨਲ ਨੇ ਜਿੱਥੇ ਕਾਂਗਰਸ ਵਾਲੇ ਨਹੀਂ ਜਾਂਦੇ ਕਿਤੇ ਅਕਾਲੀ ਵਾਲੇ ਨਹੀਂ ਜਾਂਦੇ ਸਮੇਂ-ਸਮੇਂ ਤੇ ਕਿਤੇ ਭਾਜੀਪੀ ਵਾਲੇ ਨਹੀਂ ਜਾਣਦੇ ਇਹ ਸਮੇਂ-ਸਮੇਂ ਤੇ ਚੀਜ਼ਾਂ ਚੱਲਦੀਆਂ ਰਹਿੰਦੀਆਂ ਹੁਣ ਭਗਵੰਤ ਮਾਨ ਕੁਰਸੀਆਂ ਤੇ ਨਾਮ ਲਿਖੂ ਸੁਖਵੀਰ ਬਾਦਲ ਦੇ ਨਾਮ ਦੀ ਕੁਰਸੀ ਹੋ ਸੁਨੀਲ ਜਖੜ ਸਾਹਿਬ ਦੇ ਨਾਮ ਦੀ ਕੁਰਸੀ ਪ੍ਰਤਾਪ ਬਾਜਵਾ ਤੇ ਰਾਜਾ ਵੜਿੰਗ ਦੇ ਨਾਮ ਦੀ ਕੁਰਸੀ ਹੁਣ ਕੀ ਇਹ ਸਾਰੇ ਲੀਡਰ ਜਾਣਗੇ ਕਾਂਗਰਸ ਵੱਲੋਂ ਹਜੇ ਕਿਸੇ ਤਰ੍ਹਾਂ ਦਾ ਨਾਂ ਨਹੀਂ ਹੋਈ ਪਰ ਅਕਾਲੀ ਦਲ ਨੇ ਤਾਂ ਸਪਸ਼ਟ ਨਾ ਕਰਤੀ ਭਾਵੇਂ 10 ਤਰੀਕ ਨੂੰ ਅਕਾਲੀ ਦਲ ਦੇ ਲੀਡਰ ਕਾਠ ਲੈ ਕੇ ਭਗਵੰਤ ਮਾਨ ਦੇ ਘਰੇ ਜਾਣ ਦੀ ਤਿਆਰੀ ਚ ਸੀ ਜਿਹੜੇ ਮੋੜ ਤੇ ਰਸਤੇ 'ਚ ਪੁਲਿਸ ਨੇ ਪਾਣੀ ਦੀਆਂ ਵਾਛੜਾਂ ਪਾ ਕੇ ਪਰ 1 ਨਵੰਬਰ ਨੂੰ ਪੀਜੂ ਦੇ ਵਿੱਚ ਐ ਸੁਨੀਲ ਜਾਖੜ ਕਹਿੰਦੇ ਸੀ ਕਿ ਅਬ ਹੋ ਰੀਆਂ ਪੀਜੂ ਰੱਖ ਲੋ ਕੱਲ ਸੁਨੀਲ ਜਾਖੜ ਨੇ ਵੀ ਸ਼ਰਤਾਂ ਲਾਤੀਆਂ ਸੀ ਪਰਸੋਂ ਕਹਿੰਦੇ ਡਾਕਟਰ ਤਰਨਵੀਰ ਗਾਂਧੀ ਨਿਗਰਾਨ ਕਰਨ ਕੰਵਰ ਸੰਧੂ ਉੱਥੇ ਹੋਣਾ ਐ ਚਸ ਫੂਲਕਾ ਉੱਥੇ ਹੋਣ ਹੁਣ ਭਗਵੰਤ ਮਾਨ ਨੇ ਕੱਲ ਇਹ ਕਿਹਾ ਵੀ ਮੈਂ ਸਾਰੇ ਇੰਤਜ਼ਾਮ ਕਰਕੇ ਰੱਖੂੰਗਾ ਸੁਖਵੀਰ ਬਾਦਲ ਕਹਿੰਦੇ ਆ ਜਾਣ ਮੈਂ ਸੁਖਵੀਰ ਬਾਦਲ ਦੀ ਕੁਰਸੀ ਅੱਗੇ ਪੀਜ਼ਾ ਤੇ ਡਾਈਟ ਕੋਕ ਵੀ ਰੱਖੂੰਗਾ ਉਹ ਕਹਿੰਦੇ ਪੂਰੀ ਮਹਿਮਾਨ ਨਵਾਜ਼ੀ ਦਾ ਇੰਤਜ਼ਾਰ ਇੰਤਜ਼ਾਮ ਕੀਤਾ ਜਾਊਗਾ ਹੁਣ ਮੈਨੂੰ ਪਤਾ ਨਹੀਂ ਸੁਖਵੀਰ ਨੂੰ ਪੀਜ਼ਾ ਤੇ ਡਾਈਟ ਕੋਕ ਕਿੰਨਾ ਕੁ ਪਸੰਦ ਹੈ ਉਹ ਕਹਿੰਦੇ ਪ੍ਰਤਾਪ ਬਾਜਵਾ ਅੱਗੇ ਬਲੈਕ ਕਾਫੀ ਰੱਖਾਂਗੇ ਸੁਨੀਲ ਜਾਖੜ ਅੱਗੇ ਤਿੰਨੋਂ ਦਾ ਗਲਾਸ ਜੂਸ ਕਿਉਂਕਿ ਬਾਗਾਂ ਵਾਲੇ ਇਲਾਕੇ ਚੋਂ ਆਉਂਦੇ ਨੇ ਸੁਨੀਲ ਜਾਖੜ ਸਾਹਿਬ ਤੇ ਰਾਜਾ ਵਡਿੰਗ ਬਾਰੇ ਭਗਵੰਤਮਾਨ ਕਹਿੰਦੇ ਕੀ ਉਹ ਚਾਹ ਰੱਖਾਂਗੇ ਕੀ ਪਤਾ ਰਾਜਾ ਵਡਿੰਗ ਵੀ ਭਗਵੰਤਮਾਨ ਸਾਹਿਬ ਜੂਸ ਹੀ ਪੀਂਦੇ ਹੋਣ ਚਲੋ ਚਾਹ ਤਾਂ ਸਾਰੇ ਪੰਜਾਬੀ ਪੀਂਦੇ ਹੀ ਆ ਇਹਦੇ ਚ ਤਾਂ ਕੋਈ ਦਿੱਕਤ ਹੀ ਨਹੀਂ ਸੋ ਮਤਲਬ ਭਗਵੰਤਮਾਨ ਕਹਿੰਦੇ ਅਸੀਂ ਮਹਿਮਾਨ ਨਿਵਾਜ਼ੀ ਦਾ ਇੰਤਜ਼ਾਰ ਪੂਰਾ ਰੱਖਿਆ ਬਸ ਤੁਸੀਂ ਆ ਜਾਓ ਤੇ ਭਗਵੰਤਮਾਨ ਨੂੰ ਸ਼ੱਕ ਵੀ ਹੈ ਕਿ ਕਈਆਂ ਨੇ ਆਉਣਾ ਨਹੀਂ ਤੇ ਨਾਲ-ਨਾਲ ਭਗਵੰਤਮਾਨ ਕਹਿੰਦੇ ਨੇ ਕਿ ਮੈਂ ਕੱਲੀ ਐਸਵਾਈਐਲ ਤੇ ਬਹਿਸ ਨਹੀਂ ਕਰਨੀ ਇਹ ਬਹਿਸ ਕੱਲੀ ਐਸਵਾਈਐਲ ਤੇ ਨਹੀਂ ਹੋਣੀ ਪਰ ਜਿਹੜੀ ਗੱਲ ਭਗਵੰਤੂ ਮਾਨ ਨੇ ਕਹੀ ਹੈ ਕਿ ਚਾਹ ਕੌਫੀ ਡਾਈਟ ਕੋਕ ਕਿੰਨੂਆਂ ਦਾ ਜੂਸ ਭਗਵੰਤਨ ਸਾਹਿਬ ਇਹ ਤਾਂ ਗੱਲ ਸਮਝ ਆਉਂਦੀ ਆ ਪਰ ਜਿਹੜੇ ਆਮ ਲੋਕ ਜਾਂ ਮੀਡੀਆ ਵਾਲੇ ਹੋਣਗੇ ਉਹਨਾਂ ਲਈ ਵੀ ਕੋਈ ਚਾਹ ਪਕੌੜੀਆਂ ਪਕੂੜੀਆਂ ਦਾ ਇੰਤਜ਼ਾਮ ਜ਼ਰੂਰ ਕਰ ਲਿਓ ਵੈਸੇ ਤਾਂ ਪੰਜਾਬ ਸਰਕਾਰ ਦਾ ਜਿਹੜਾ ਲੋਕ ਸੰਪਰਕ ਵਿਭਾਗ ਹੈ ਉਹ ਪਕੌੜੇ ਪਕੂੜੀਆਂ ਦਾ ਇੰਤਜ਼ਾਮ ਕਰ ਹੀ ਲੈਂਦਾ ਸਮੋਸੇ ਵੀ ਹੁੰਦੇ ਕਈ ਵਾਰੀ ਤੇ ਬੇਸਨ ਦੀ ਬਰਫੀ ਵੀ ਹੁੰਦੀ ਆ ਬਾਕੀ ਵੇਖਦੇ ਆ ਕਿ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਕਿਸ ਤਰ੍ਹਾਂ ਦੀ ਮਹਿਮਾਨ ਨਵਾਜ਼ੀ ਸਾਰਿਆਂ ਦੀ ਕੀਤੀ ਜਾਂਦੀ ਹੈ ਮੈਂ ਤਾਂ ਉਂਝ ਕਈ ਵਾਰੀ ਅੱਗੇ ਦੇਖਦਾ ਕਿ ਸਰਕਾਰੀ ਪ੍ਰੋਗਰਾਮਾਂ ਦੇ ਵਿੱਚ ਸਮੋਸਾ, ਬਰਫੀ, ਪਕੌੜੇ ਆਮ ਤੌਰ ਤੇ ਹੁੰਦੇ ਹੀ ਆ ਬਾਕੀ ਲੀਡਰਾਂ ਦਾ ਪਤਾ ਨਹੀਂ ਭਾਈ ਇਹ ਪਕੌੜੇ ਜਾਂ ਸਮੋਸੇ ਖਾਣਗੇ ਜਾਂ ਨਹੀਂ ਪਰ ਇਹ ਜੂਸ ਜਸ ਦਾ ਇਹਨਾਂ ਲਈ ਇੰਤਜ਼ਾਮ ਭਗਵੰਤ ਮਾਨ ਨੇ ਕਿਹਾ ਤਾਂ ਕਿ ਅਸੀਂ ਕਰਤਾ ਉਹਨਾਂ ਦੀ ਪਸੰਦ ਦਾ ਖਾਣਾ ਵੀ ਰੱਖ ਦਾਂਗੇ ਸੁਖਵੀਰ ਬਾਲ ਦੀ ਕੁਰਸੀ ਮੂਰੇ ਡਾਈਟ ਕੋਕ ਤੇ ਪੀਜ਼ਾ ਰੱਖ ਦਾਂਗੇ ਬਾਜਵੇ ਦੀ ਕੁਰਸੀ ਮੂਰੇ ਇੱਕ ਬਲੈਕ ਕਾਫੀ ਰੱਖ ਦਾਂਗੇ ਸੁਨੀਲ ਜਾਖੜ ਦੀ ਕੁਰਸੀ ਦੇ ਮੂਰੇ ਕਿੰਨੂਆਂ ਦਾ ਗਲਾਸ ਰੱਖ ਦਾਂਗੇ ਜੂਸ ਦਾ ਗਲਾਸ ਰੱਖ ਦਾਂਗੇ ਰਾਜੇ ਬੜਿੰਗ ਦੀ ਕੁਰਸੀ ਦੇ ਮੂਰੇ ਚਾਹ ਰੱਖ ਦਾਂਗੇ ਜੋ ਖਾਂਦੇ ਬਿਦ ਨੇ ਇਹ ਨਾ ਸਮਝਣਗੇ ਅਸੀਂ ਭੁੱਖੇ ਮਨਾਂਗੇ ਬਕਾਇਦਾ ਉਹਨਾਂ ਦੀ ਪਸੰਦ ਆ ਉੱਥੇ ਖਾਣਾ ਪੀਣਾ ਮਿਲੂਗਾ ਪਰ ਆਓ ਸਹੀ ਉੱਥੇ ਗੇਰਾ ਆਉਂਦੇ ਨਹੀਂ ਕਿਉਂਕਿ ਉਹਨੂੰ ਪਤਾ ਹੈ ਜਿ ਗਏ ਤਾਂ ਫਸ ਜਾਗੇ ਸੱਚ ਹੈ ਨਹੀਂ ਉਹਨਾਂ ਕੋਲੇ ਤੇ ਸੱਚ ਸਭ ਤੋਂ ਸੱਚ ਸੁਣਨਾ ਸਭ ਤੋਂ ਔਖ ਹੈ ਭਾਤਰ ਸਾਹਿਬ ਨੇ ਲਿਖਿਆ ਐਨਾ ਸੱਚ ਨਾ ਬੋਲ ਕੇ ਕੱਲਾ ਰਹਿ ਜਾਵੇਂ ਚਾਰਕ ਬੰਦੇ ਛੱਡ ਲੈ ਮੋਢਾ ਦੇਣ ਲਈ ਸੱਚੇ ਨੂੰ ਤਾਂ ਕੋਈ ਕਹਿੰਦੇ ਮੋਢਾ ਵੀ ਨਾ ਦੇਣ ਨੂੰ ਤਿਆਰ ਹੁੰਦਾ ਕੋਈ ਸੋ ਇਹ ਫਰਕ ਹੈ ਸਚਾਈ ਦਾ ਆ ਨਿਕਲੇਗਾ ਇੱਕ ਤਰੀਕ ਨੂੰ ਕਿੰਨੇ ਕਾਉਣਗੇ ਦੇਖ ਲਾਂਗੇ ਇਹ ਫਰਕ ਹੈ ਡਿਬੇਟ ਹੋਣੀ ਚਾਹੀਦੀ ਹੈ ਲੋਕਾਂ ਦੇ ਸਾਹਮਣੇ ਡਿਬੇਟ ਹੋਣੀ ਚਾਹੀਦੀ ਹੈ ਹੁਣ ਕੋਈ ਕਹਿੰਦਾ ਸੁਪਰੀਮ ਕੋਰਟ ਦਾ ਟਾਇਰ ਜੱਜ ਬਿਠਾਓ ਤੇ ਇੱਕ ਕਮਿਸ਼ਨ ਥੋੜੀ ਬਿਠਾਇਆ ਕੋਈ ਸਵਾ 3 ਕਰੋੜ ਲੋਕ ਜੱਜ ਹੀ ਨੇ ਕੀ ਗੱਲ ਸਵਾ 3 ਕਰੋੜ ਲੋਕਾਂ ਦੇ ਸਾਹਮਣੇ ਜਿਹੜੀ ਡਿਬੇਟ ਚੱਲ ਰਹੀ ਹੋਊਗੀ ਤੁਸੀਂ ਉਹ ਚੁਣਦੇ ਹੋ ਸਾਰੇ ਆਪਣੇ ਨੁਮਾਇੰਦਿਆਂ ਨੂੰ ਉਮੀਦਵਾਰ ਕਿਉਂ ਕਿਹਾ ਜਾਂਦਾ ਉਹ ਤੋਂ ਉਮੀਦ ਹੁੰਦੀ ਹੈ ਉਹ ਉਮੀਦਾਂ ਨਾਲ ਵੋਟ ਲੈਂਦਾ ਮੈਂ ਉਮੀਦਵਾਰ ਹਾਂ ਜੀ ਮੇਰੇ ਤੋਂ ਉਮੀਦ ਰੱਖੋ ਤੇ ਸਵਾ 3 ਕਰੋੜ ਲੋਕ ਜਿਹੜੇ ਦਿਖ ਦਿਖ ਰਹੇ ਹੋਣਗੇ ਬਲਕਿ ਹੁਣ ਤਾਂ ਵਿਦੇਸ਼ਾਂ 'ਚ ਵੀ ਲੱਗਣ ਲੱਗ ਗਿਆ ਕਹਿੰਦੇ ਐਡੀਟੋਰੀਅਮ ਬੁੱਕ ਕਰ ਰੱਖੇ ਨੇ ਸਾਰੇ ਜਾਜੀ ਹੋਣਗੇ ਆਜੋ ਗੱਲ ਕਰੀਏ ਨਹੀਂ ਕਰਦੇ ਹੁਣ ਆਪਾਂ ਗੱਲ ਭਗਵੰਤਮਾਨ ਦੀ ਜ਼ੁਬਾਨ ਤੋਂ ਹੀ ਸੁਣ ਲਿਆ ਹੁਣ ਇਹਦੇ ਨਾਲ-ਨਾਲ ਭਗਵੰਤਮਾਨ ਹੁਣਾਂ ਨੇ ਇਹ ਵੀ ਸਾਫ਼ ਕਰਤਾ ਕਹਿੰਦੇ ਮੈਂ ਕੱਲੀ ਐਸਆਈਐਲ ਤੇ ਬਹਿਸ ਨਹੀਂ ਕਰਨੀ ਭਗਵੰਤਮਾਨ ਕਹਿੰਦੇ ਕੱਲੀ ਐਸਆਈਐਲ ਤੇ ਬਹਿਸ ਨਹੀਂ ਕਰਨੀ ਮੈਂ ਬਹਿਸ ਇਸ ਗੱਲ ਤੇ ਵੀ ਕਰਨੀ ਹੈ ਕਿ ਪੰਜਾਬ ਕਿਵੇਂ ਲੁੱਟਿਆ ਗਿਆ ਪੰਜਾਬੀਆਂ ਦੇ ਸਾਰੇ ਮਸਲਿਆਂ ਤੇ ਮੈਂ ਗੱਲ ਕਰੂੰਗਾ ਜਦੋਂ ਦਾ ਪੰਜਾਬ ਸੂਬਾ ਬਣਿਆ ਉਦੋਂ ਤੋਂ ਲੈ ਕੇ ਪੰਜਾਬ ਦੇ ਮਸਲਿਆਂ ਤੇ ਗੱਲ ਕਰੂੰਗਾ ਇਹ ਟਵੀਟ ਵੀ ਕੀਤਾ ਭਗਵੰਤ ਮਾਨ ਨੇ ਉਹ ਕਹਿੰਦੇ ਹੁਣ ਤੱਕ ਦੂਜਿਆਂ ਨੇ ਰਾਜ ਕੀਤਾ ਤੇ ਕਹਿੰਦੇ ਆਓ ਫਿਰ ਹੁਣ ਬਹਿਸ ਕਰਕੇ ਸੱਚ ਲੋਕਾਂ ਦੇ ਸਾਹਮਣੇ ਰੱਖੀਏ ਉਂਝ ਭਗਵੰਤ ਮਾਨ ਨੇ ਗੱਲਾਂ-ਗੱਲਾਂ 'ਚ ਕਈ ਗੱਲਾਂ ਵੀ ਸੁਣਾਈਆਂ ਤੇ ਵਿਰੋਧੀਆਂ ਤੇ ਖੂਬ ਹਾਸੇ ਵੀ ਪੁਆਏ ਕਈ ਇਲਜ਼ਾਮ ਉਹਨਾਂ ਨੇ ਰਹਿ ਲਾਏ ਭਗਵੰਤ ਮਾਨ ਨੇ ਹਾਸੇ-ਹਾਸੇ ਚ ਜਿੰਨਾ ਦਾ ਮੈਂ ਜ਼ਿਕਰ ਨਹੀਂ ਕਰ ਸਕਦਾ ਪਰ ਭਗਵੰਤ ਮਾਨ ਨੇ ਹਾਸੇ-ਹਾਸੇ ਚ ਕਈ ਗੰਭੀਰ ਇਲਜ਼ਾਮ ਵਿਰੋਧੀਆਂ ਤੇ ਲਾਤੇ ਹੁਣ ਮੈਂ ਉਹਨਾਂ ਨੂੰ ਕਿਹਾ ਰੋਜ਼ ਕੁਛ ਨਾ ਕੁਛ ਮਿਆਜ 1 ਨਵੰਬਰ ਪੰਜਾਬ ਦੇ ਹੈ ਕੱਲੇ ਐਸਵਾਈਐਲ ਤੇ ਨਹੀਂ ਮੈਂ ਸਾਰੇ ਪੰਜਾਬ ਦੇ ਮੁੱਦਿਆਂ ਤੇ ਬਹਿਸ ਕਰਨੀ ਚਾਹੁੰਨਾ 1 ਨਵੰਬਰ 1966 ਨੂੰ ਪੰਜਾਬ ਬਣਿਆ ਸੀ ਉਦੋਂ ਤੋਂ ਲੈ ਕੇ ਕਿੱਥੇ-ਕਿੱਥੇ ਕਿਸਾਨੀ ਕਿਵੇਂ ਖਤਮ ਹੋਈ ਲਾਹੇਵੰਦ ਧੰਦਾ ਘਾਟੇ ਦਾ ਸੌਦਾ ਕਿਵੇਂ ਬਣਿਆ ਕਿੱਥੇ ਕਿੱਥੇ ਸਾਡਾ ਪਾਣੀ ਲੁੱਟਿਆ ਗਿਆ ਕਿਵੇਂ ਕਿਵੇਂ ਸਾਡਾ ਡਰੱਗ ਵਾਲਾ ਜਿਹੜਾ ਨੈਕਸਸ ਉਹ ਵਧਿਆ ਕਿਵੇਂ ਸਾਡੀ ਟਰਾਂਜ਼ਿਟ ਸਟੇਟ ਸੀ ਜਿਹੜੀ ਡਰੱਗ ਦੀ ਉਹ ਕੰਜ਼ਿਊਮਿੰਗ ਸਟੇਟ ਬਣ ਗਈ ਕਿਵੇਂ ਕਿਵੇਂ ਸਾਡਾ ਵਪਾਰ ਇੱਥੋਂ ਬਾਹਰਲੇ ਸੂਬਿਆਂ ਨੂੰ ਗਿਆ ਕਿਵੇਂ ਸਾਡੇ ਨੌਜਵਾਨ ਮੁੰਡੇ ਬ੍ਰੇਨ ਡレイン ਹੋਣ ਹੋਇਆ ਜਿਹੜਾ ਬਾਹਰਲੇ ਮੁਲਕਾਂ ਨੂੰ ਭੱਜਣ ਲੱਗੇ ਵੀ ਆਪਾਂ ਸਾਰੇ ਮੁੱਦਿਆਂ ਤੇ ਡਿਬੇਟ ਕਰਾਂਗੇ ਕੋਈ ਉੱਥੇ ਵੋਟਾਂ ਮੰਗਣ ਨਹੀਂ ਜਾ ਰਹੇ ਜਾਂ ਇੱਕ ਦੂਜੇ ਨੂੰ ਹਰਾਉਣ ਨਹੀਂ ਜਾ ਰਹੇ ਤੁਸੀਂ ਆਪਣਾ ਪੱਕਾ ਰੱਖਦੇ ਹੋ ਕਿਉਂਕਿ ਤੁਸੀਂ ਉਰਾਜ ਕੀਤਾ ਇਸ ਦਾ ਸਵਾ ਸਾਲ ਡੇਢ ਸਾਲ ਹੋਇਆ ਵੀ ਆ ਜਾਓ ਉੱਥੇ ਬਹਿ ਜਾਣੇ ਨਾ ਬਹਨੇ ਲਾਈ ਜਾਂਦੇ ਹੁਣ ਅਸੀਂ ਤਾਂ ਉਹਦੇ ਉੱਥੇ ਜਾਵਾਂਗੇ ਅਸੀਂ ਉਹਦੇ ਇੱਥੇ ਜਾਵਾਂਗੇ ਅਗਲੇ ਦਿਨ ਚੱਲ ਜਾਈਏ ਉੱਥੇ ਕਿਉਂਕਿ ਚੋਰ ਦੇ ਦਿਲ ਚ ਪਾਲਾ ਹੁੰਦਾ ਹੁਣ ਸੁਖਵੀਰ ਬਾਦਲ ਦੀ ਵੀ ਇੱਥੇ ਗੱਲ ਸੁਣਨੀ ਸਾਨੂੰ ਬੰਦੀ ਆ ਕੱਲ ਸੁਖਵੀਰ ਬਾਦਲ ਲੁਧਿਆਣੇ ਸੀ ਕੱਲ ਵਰਕਰ ਮਿਲਣੀ ਸੀ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਤੇ ਸੁਖਬੀਰ ਬਾਦਲ ਨੇ ਕੱਲ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਭਗਵੰਤ ਮਾਨ ਸਾਹਿਬ ਕਹਿ ਰਹੇ ਨੇ ਕਿ ਅਸੀਂ ਚਾਹ ਕੌਫੀ ਦਾ ਵੀ ਇੰਤਜ਼ਾਮ ਰੱਖਾਂਗੇ ਡਾਈਟ ਕੋਕ ਦਾ ਕੁਰਸੀਆਂ ਵੀ ਹੋਣਗੀਆਂ ਤੁਸੀਂ ਜਾਓਗੇ ਸੁਖਬੀਰ ਬਾਦਲ ਨੇ ਸਾਫ਼ ਇਨਕਾਰ ਕਰਤਾ ਉਹ ਕਹਿੰਦੇ ਅਸੀਂ ਤਾਂ ਵਿਰੋਧ ਕਰਨਾ ਉਹ ਜਦ ਮੈਂ ਬਿਆਨ ਵੀ ਪੜ ਰਿਹਾ ਸੀ ਸੁਖਬੀਰ ਸਿੰਘ ਬਾਦਲ ਦਾ ਸੁਖਬੀਰ ਸਿੰਘ ਬਾਦਲ ਕਹਿੰਦੇ ਕਿ ਪੰਜਾਬ ਸਰਕਾਰ ਐਸਵਾਈਐਲ ਦੇ ਮਸਲੇ ਤੇ ਪੰਜਾਬ ਦੇ ਹੱਕ ਸਾਹਮਣੇ ਚ ਫੇਲ ਹੋਈ ਹੈ ਉਹ ਕਹਿੰਦੇ ਮੈਂ ਬਿਲਕੁਲ 1 ਨਵੰਬਰ ਨੂੰ ਨਹੀਂ ਜਾਣਾ ਮੈਂ ਕੇਜਰੀਵਾਲ ਨਾਲ ਬਹਿਸ ਕਰੂੰਗਾ ਮੈਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਨਹੀਂ ਮੰਨਦਾ ਇਹ ਤਾਂ ਕਈ ਵਾਰੀ ਕਹਿ ਚੁੱਕੇ ਸੁਖਵੀਰ ਬਾਦਲ ਕਿ ਮੈਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਨਹੀਂ ਮੰਨਦਾ ਉਹ ਕਹਿੰਦੇ ਮੈਂ ਤਾਂ ਕੇਜਰੀਵਾਲ ਨਾਲ ਬਹਿਸ ਕਰੂੰਗਾ ਅਸਲੀ ਮੁੱਖ ਮੰਤਰੀ ਤਾਂ ਕੇਜਰੀਵਾਲ ਹੈ ਉਂਝ ਪ੍ਰਭਾਵ ਜਾਂਦਾ ਇਹਦੇ 'ਚ ਕੋਈ ਦੋਹਰਾ ਹੀ ਨਹੀਂ ਹੈ ਜਦੋਂ ਕਿਸੇ ਵੀ ਪਾਰਟੀ ਦੀ ਸਰਕਾਰ ਹੁੰਦੀ ਹੈ ਤੇ ਜਿਹੜਾ ਪਾਰਟੀ ਦਾ ਮੁਖੀ ਹੁੰਦਾ ਹੈ ਆਮ ਤੌਰ ਤੇ ਸਰਕਾਰ ਉਹਦੀ ਮੰਨੀ ਜਾਂਦੀ ਜਦੋਂ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ ਤੇ ਲੋਕ ਕਹਿੰਦੇ ਸੀ ਫੈਸਲੇ ਤਾਂ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਕਰਦੇ ਰਾਹੁਲ ਗਾਂਧੀ ਜਾਂ ਸੋਨੀਆ ਗਾਂਧੀ ਨੂੰ ਕਈ ਲੋਕ ਉਹਦੋਂ ਸੁਪਰ ਸੁਪਰ ਪੀਐਮ ਕਹਿੰਦੇ ਸੀ ਸੋਨੀਆ ਗਾਂਧੀ ਬਾਰੇ ਤੇ ਜਦੋਂ ਪੰਜਾਬ ਚ ਅਕਾਲੀ ਭਾਜਪਾ ਦੀ ਸਰਕਾਰ ਸੀ ਉਦੋਂ ਭਾਵੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੀ ਪਰ ਸੁਖਬੀਰ ਬਾਦਲ ਨੂੰ ਵਿਰੋਧੀ ਸੁਪਰ ਸੀਐਮ ਕਹਿੰਦੇ ਸੀ ਇਹ ਸੁਖਬੀਰ ਬਾਦਲ ਨੂੰ ਯਾਦ ਹੋਣਾ ਹੈ ਜਿਵੇਂ ਅੱਜ ਸੁਖਵੀਰ ਬਾਦਲ ਕਹਿ ਰਹੇ ਨੇ ਇਹ ਵੀ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਕੇਜਰੀਆਲ ਐ ਇਸੇ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਚ ਕਈ ਲੋਕ ਕਹਿੰਦੇ ਸੀ ਕਿ ਮੁੱਖ ਮੰਤਰੀ ਤਾਂ ਸੁਖਵੀਰ ਬਾਦਲ ਹੀ ਐ ਭਾਵੇਂ ਉਹ ਡਿਪਟੀ ਮੁੱਖ ਮੰਤਰੀ ਸੀ ਤੇ ਉਹ ਸੁਪਰ ਸੀਐਮ ਵੀ ਉਹਨਾਂ ਨੂੰ ਕਿਹਾ ਜਾਂਦਾ ਸੀ ਸੋ ਇਹ ਟਰਮ ਇਹ ਸ਼ਬਦ ਵਰਤੇ ਜਾਂਦੇ ਨੇ ਪਰ ਆਪਾਂ ਸੁਖਵੀਰ ਬਾਦਲ ਦੀ ਜ਼ੁਬਾਨੀ ਪੂਰੀ ਗੱਲ ਸੁਣ ਨਹੀਂ ਲੈਂਦੇ ਅੱਜ ਜੋ ਪ੍ਰੈਜ਼ੈਂਟ ਸਿਚੁਏਸ਼ਨ ਹੈਗੀ ਪੰਜਾਬ ਦੀ ਤੁਗਵੰਤਮਾਨ ਨੇ ਤਬਾਹ ਕਰ ਦਿੱਤਾ ਪੰਜਾਬ ਹਰ ਇਸ਼ੂ ਤੇ ਕੰਪਰਮਾਈਜ਼ ਹੈ ਹਰ ਇਸ਼ੂ ਤੇ ਜੋ ਕੇਜਰੀਵਾਲ ਚਾਹੁੰਦਾ ਉਹ ਹੁੰਦਾ ਹੈ ਪੰਜਾਬ ਦਾ ਇੰਟਰਸਟ ਨਹੀਂ ਦੇਖਦੇ ਜੋ ਕੇਜਰੀਵਾਲ ਦਾ ਇੰਟਰਸਟ ਹੈ ਕੇਜਰੀਵਾਲ ਨੂੰ ਜਹਾਜ਼ ਤੇ ਜਿੱਥੇ ਮਰਜ਼ੀ ਲੈਣਾ ਪਏ ਕੇਜਰੀਵਾਲ ਦੀ ਸਿਕਿਉਰਿਟੀ ਕੇਜਰੀਵਾਲ ਆਕੇ ਆਊਗਾ ਇੱਥੇ ਤਾਂ ਕੁਝ ਹੋਊਗੀ ਅਸਲੀ ਚੀਫ ਮਨਿਸਟਰ ਪੰਜਾਬ ਦਾ ਕੇਜਰੀ ਵਾਲਾ ਭਗਵੰਤ ਮਾਨ ਤਾਂ ਨਕਲੀ ਹੈ ਇਹ ਨਹੀਂ ਤੁਸੀਂ ਕਰਕੇ ਨਕਲੀ ਬੰਦੇ ਨਾਲ ਜਿਹਦੇ ਕੋਲ ਪਾਵਰ ਨਹੀਂ ਹੈ ਸੋ ਇਹਦੇ ਬਿਆਨਾਂ ਨੂੰ ਅਸੀਂ ਹੁਣ ਮੈਂ ਸਾਰਿਆਂ ਨੂੰ ਕਹਿਣਾ ਕੋਈ ਤਰਜੀਹ ਨਾ ਦਿਓ ਕਿਉਂਕਿ ਜੋ ਬਿਆਨ ਹੈ ਇਹਦੀ ਕੋਈ ਵੈਲਿਊ ਨਹੀਂ ਹੈ ਕਿਉਂਕਿ ਨਾ ਉਹਦੇ ਕੋਲ ਪਾਵਰ ਹੈ ਦੇਣ ਦੀ ਬਿਆਨ ਤੋ ਜਿਹੜੀ ਹਾਲਾਤ ਹੈ ਹੁਣ ਤੁਹਾਡੇ ਸਾਹਮਣੇ ਹੈ ਕਹਿੰਦੇ ਕੁਛ ਹੈ ਕਰਦੇ ਕੁਛ ਹੈ ਅੱਜ ਨਕਲੀ ਚੁਕ ਮੰਤਰੀ ਦਾ ਬਿਆਨ ਆਇਆ ਹੈ ਭਗਵੰਦ ਮਾਨ ਦਾ ਕਿ ਅਸੀਂ ਸਰਵੇ ਟੀਮਾਂ ਨੂੰ ਵੰਡ ਨਹੀਂ ਦੇਵਾਂਗੇ ਤੇ ਨਾਲ ਦੇ ਨਾਲ ਪੰਜਾਬ ਸਰਕਾਰ ਦੇ ਪੋਰਟਲ ਤੇ ਸਰਵੇ ਦਾ ਕੰਮ ਸ਼ੁਰੂ ਕਰਨ ਦਾ ਫੈਸਲਾ ਕਰ ਲਿਆ ਹੈ ਪੰਜਾਬ ਸਰਕਾਰ ਨੇ ਇਸ ਵਾਈਲ ਦਾ ਆਫੀਸ਼ਲ ਇਹਨਾਂ ਦੀ ਰਿਲੀਜ਼ ਹੈ ਤੇ ਕਹਿੰਦਾ ਕਿ ਸੀ ਮੈਂ ਵੰਡ ਹੀ ਦੂੰਗਾ ਕਿਉਂਕਿ ਉੱਤੋਂ ਡੰਡਾ ਚੜ੍ਹਿਆ ਇਹਨੂੰ ਹੁਣ ਇਹਨੂੰ ਪਤਾ ਹੈ ਕਿ ਮੈਂ ਮੇਰੇ ਛਿੱਤਰ ਪੈਣਗੇ ਪੰਜਾਬ ਦੀ ਜਨਤਾ ਤੋਂ ਸੋ ਜਾਣ ਕੇ ਬਿਆਨ ਕੁਝ ਦਊਗਾ ਅੰਦਰ ਕੰਮ ਕਰੀ ਹੋਰ ਕਰੀ ਜਾਂਦੇ ਸੱਡ ਡਿਬੇਟ ਤੇ ਜਾਉਂਗੇ ਕਿਹੜੀ ਡਿਬੇਟ ਜੀ ਉਹ ਕਹਿੰਦੇ ਸੀ ਕੁਰਸੀਆਂ ਖਾਲੀ ਰੱਖਾਂਗੇ ਸਾਡੀ ਖਾਲੀ ਕੁਰਸੀ ਤੇ ਪੁਤਲੇ ਬਿਠਾਵਾਂਗੇ ਫਿਰ ਗੱਲ ਹੈ ਉਹ ਨਕਲੀ ਨਕਲੀ ਬੰਦੇ ਨੂੰ ਅਸੀਂ ਜੇ ਕਰਾਂਗੇ ਤੇ ਅਸਲੀ ਨਾਲ ਅਸਲੀ ਮੁੱਖ ਮੰਤਰੀ ਨਾਲ ਇਹਦੇ ਪੱਲੇ ਕੀ ਹੈ ਆਦਾ ਮੁੱਖ ਮੰਤਰੀ ਹੈ ਹੀ ਨਹੀਂ ਇਹਨੂੰ ਕੋਈ ਪਾਵਰ ਹੀ ਨਹੀਂ ਡਿਬੇਟ ਕਰਨ ਦੀ ਸੁਨੀਰ ਜੀ ਦਲਾ ਜੀ ਪ੍ਰਤਾਪ ਬਾਜਵਾ ਨੇ ਇੱਕ ਵਾਰ ਫਿਰ ਤੋਂ ਭਗਵੰਤ ਮਾਨ ਦੀ ਸਰਕਾਰ ਤੇ ਤੇਖਾ ਸਿਆਸੀ ਅਟੈਕ ਕੀਤਾ ਉਹਨਾਂ ਨੇ ਕਿਹਾ ਕਿ ਖਾਸ ਤੌਰ ਤੇ ਇਲਜ਼ਾਮ ਲਗਾ ਰਹੇ ਨੇ ਪੰਜਾਬ ਸਰਕਾਰ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਟਵੀਟ ਕਰਕੇ ਉਹਨਾਂ ਨੇ ਗੱਲ ਕਹੀ ਹੈ ਕਿ ਜਿਹੜਾ ਪੰਜਾਬ ਸਰਕਾਰ ਹੈ ਇੱਕ ਵਾਰ ਫਿਰ ਤੋਂ ਸੁਖਪਾਲ ਖੈਰਾ ਦੇ ਉੱਪਰ ਕ腐ਸ਼ਨ ਦਾ ਕੇਸ ਦਰਜ ਕਰਾਣ ਦੀ ਤਿਆਰੀ ਕਰ ਰਹੀ ਹੈ ਇਸ ਗੱਲ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੋ ਇਲਜ਼ਾਮ ਪ੍ਰਤਾਪ ਬਾਜਵਾ ਨੇ ਪੰਜਾਬ ਸਰਕਾਰ ਤੇ ਭਗਵੰਤ ਮਾਨ ਦੀ ਸਰਕਾਰ ਤੇ ਲਗਾਏ ਨੇ ਸੁਜੀਤ ਇੱਕ ਪਾਸੇ ਭਗਵੰਤ ਮਾਨ ਵਿਰੋਧੀਆਂ ਤੇ ਨਿਸ਼ਾਨੇ ਵਿੰਨ ਰਹੇ ਨੇ ਸੁਖਬੀਰ ਬਾਦਲ ਭਗਵੰਤ ਮਾਨ ਤੇ ਨਿਸ਼ਾਨੇ ਵਿੰਨ ਰਹੇ ਨੇ ਉੱਥੇ ਹੀ ਪ੍ਰਤਾਪ ਸਿੰਘ ਬਾਜਵਾ ਜਿਹੜੇ ਲੀਡਰ ਆਫ ਓਪੋਜੀਸ਼ਨ ਹੈ ਉਹਨਾਂ ਨੇ ਇੱਕ ਵਾਰੀ ਫੇਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਔਰ ਸਿੱਧੇ ਤੇ ਤੌਰ ਤੇ ਉਹਨਾਂ ਨੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਵੀ ਆਪਣੇ ਨਿਸ਼ਾਨੇ ਤੇ ਲਿਆ ਅਸਲ 'ਚ ਪ੍ਰਤਾਪ ਸਿੰਘ ਬਾਜਵਾ ਨੇ ਕੱਲ ਇੱਕ ਤੋਂ ਬਾਅਦ ਇੱਕ ਦੋ ਟਵੀਟ ਕੀਤੇ ਉਹਨਾਂ ਨੇ ਪਹਿਲਾ ਟਵੀਟ ਤਾਂ ਇਹ ਕੀਤਾ ਉਹ ਕਹਿੰਦੇ ਸੁਖਪਾਲ ਸਿੰਘ ਖੈਰਾ ਤੇ ਇੱਕ ਹੋਰ ਪ੍ਰिवेंशन ਆਫ ਕ腐ਪਸ਼ਨ ਐਕਟ ਦੇ ਤਹਿਤ ਕੇਸ ਦਰਜ ਕਰਨ ਦੀ ਤਿਆਰੀ ਕਰ ਰਹੀ ਹੈ ਪੰਜਾਬ ਸਰਕਾਰ ਅਸਲ ਚ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਇਹ ਹੈ ਕਿ ਸੁਖਪਾਲ ਸਿੰਘ ਖੈਰਾ ਨੂੰ ਐਨਡੀपीएस ਵਾਲੇ ਮਾਮਲੇ ਚ ਜਲਦ ਜ਼ਮਾਨਤ ਮਿਲ ਸਕਦੀ ਹੈ ਇਹ ਭਰੋਸਾ ਪ੍ਰਤਾਪ ਸਿੰਘ ਬਾਜਵਾ ਨੂੰ ਉਹਨਾਂ ਦਾ ਕਹਿਣਾ ਹੈ ਕਿ ਕੋਈ ਸਬੂਤ ਨਹੀਂ ਮਿਲਿਆ ਪੁਲਿਸ ਨੂੰ ਕਿਸੇ ਤਰ੍ਹਾਂ ਦੀ ਰਿਕਵਰੀ ਨਹੀਂ ਹੈ ਪੁਲਿਸ ਰਿਮਾਂਡ ਦੇ ਵਿੱਚ ਸੁਖਪਾਲ ਖੈਰਾ ਨਹੀਂ ਇਸ ਵਕਤ ਪਰ ਅਗਰ ਜ਼ਮਾਨਤ ਦੇ ਦਿੰਦੀ ਹੈ ਅਦਾਲਤ ਸੁਖਪਾਲ ਸਿੰਘ ਖੈਰਾ ਨੂੰ ਤੇ ਫਿਰ ਭਗਵੰਤ ਮਾਨ ਦੀ ਸਰਕਾਰ ਕ੍ਰਪਸ਼ਨ ਦਾ ਖਿਲਾਫ ਜਿਹੜਾ ਉਹਨਾਂ ਦੀ ਮੁਹਿੰਮ ਹੈ ਉਹਦੇ ਤਹਿਤ ਸੁਖਪਾਲ ਖੈਰਾ ਤੇ ਇੱਕ ਕੇਸ ਦਰਜ ਕਰ ਸਕਦੀ ਹੈ ਝੂਠਾ ਸੁਖਪਾਲ ਖੈਰਾ ਮੰਨ ਰਹੇ ਨੇ ਕਿ ਇਸ ਤਰ੍ਹਾਂ ਪੰਜਾਬ ਸਰਕਾਰ ਕਰ ਸਕਦੀ ਹੈ ਉਹਨਾਂ ਨੇ ਇਹ ਵੀ ਲਿਖਿਆ ਕਹਿੰਦੇ ਮੇਰੀ ਜਾਣਕਾਰੀ ਚ ਆਇਆ ਕਿ ਪੰਜਾਬ ਗਵਰਨਮੈਂਟ ਦੁਆਰਾ ਸੁਖਪਾਲ ਖੈਰਾ ਨੂੰ ਮੌਜੂਦਾ 8 ਸਾਲ ਪੁਰਾਣੇ एनडीपीएस केस ਵਿੱਚ ਜ਼ਮਾਨਤ ਮਿਲਣ ਤੋਂ ਬਾਅਦ ਇੱਕ ਵਾਰ ਫੇਰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਵਿੱਚ ਪ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕਰਨ ਦੀ ਤਿਆਰੀ ਕਰ ਰਹੀ ਹੈ ਉਹ ਕਹਿੰਦੇ ਇੱਕ ਨਿਰਦੋਸ਼ ਵਿਅਕਤੀ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਹੈ ਜਿਸ ਨੇ ਹਮੇਸ਼ਾ ਸੱਚ ਬੋਲਣ ਦੀ ਹਿੰਮਤ ਦਿਖਾਈ ਹੈ ਅਫਸਰਾਂ ਨੇ ਖੈਰਾ ਦੇ ਨੇੜਲੇ ਸਾਥੀਆਂ ਦੇ ਘਰਾਂ ਤੇ ਛਾਪੇਮਾਰੀ ਕੀਤੀ ਹੈ ਅਤੇ ਉਹਨਾਂ ਦੇ ਨਾਲ ਖੜੇ ਲੋਕਾਂ ਨੂੰ ਡਰਾਇਆ ਉਸ ਦੇ ਮੌਜੂਦਾ ਕੇਸਾਂ ਵਿੱਚ ਕੋਈ ਸਬੂਤ ਨਹੀਂ ਮਿਲਿਆ ਹੈ ਇਸ ਲਈ ਉਹ ਹੋਰ ਕੇਸ ਧਾਰ ਕਰਨ ਦੀ ਯੋਜਨਾ ਬਣਾ ਰਹੇ ਨੇ ਇਹ ਟਵੀਟ ਇੱਕ ਤਾਂ ਕੀਤਾ ਹੈ ਪ੍ਰਤਾਪ ਸਿੰਘ ਬਾਜਵਾ ਨੇ ਔਰ ਇਹਦੇ ਨਾਲ ਨਾਲ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਹੋਰ ਵੱਡਾ ਟਵੀਟ ਹੈ ਜਿਹੜਾ ਉਹ ਭਗਵੰਤ ਮਾਨ ਦੀ ਸਰਕਾਰ ਦੇ ਉੱਤੇ ਕਰ ਦਿੱਤਾ ਹੈ ਹਾਲਾਂਕਿ ਭਗਵੰਤ ਮਾਨ ਨੇ ਕੁਝ ਸ਼ਰਤਾਂ ਦਸੀਆਂ ਨੇ ਡਿਬੇਟ ਦੇ ਵਿੱਚ ਜਾਣ ਲਈ ਪਰ ਭਗਵੰਤ ਮਾਨ ਨੂੰ ਕਹਿ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਕਿ ਪੰਜਾਬ ਚ ਆਮ ਆਦਮੀ ਕਲੀਨਿਕ ਅਤੇ ਮੁਹੱਲਿਆਂ ਵਿੱਚ ਮੁਹੱਲਾ ਕਲੀਨਿਕਾਂ ਵਿੱਚ ਮਰੀਜ਼ਾਂ ਦੀ ਝਾਲੀ ਰਜਿਸਟ੍ਰੇਸ਼ਨ ਦਾ ਪਰਦਾ ਫਾਸ਼ ਹੋਣ ਤੋਂ ਬਾਅਦ ਮੈਂ ਜ਼ਰੂਰ ਕਹਾਗਾ ਕਿ ਸੇਤ ਮਹਿਕ ਦੇ ਉੱਚ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਕਿਸੇ ਵੱਡੇ ਘੁਟਾਲੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਇਹ ਪੰਜਾਬ ਦਾ ਪੰਜਾਬ ਵਿੱਚ ਟੈਕਸ ਭਰਨ ਵਾਲਿਆਂ ਦੇ ਪੈਸੇ ਦੀ ਖੁੱਲੀ ਲੁੱਟ ਹੈ ਉਹ ਕਹਿੰਦੇ ਕਠਿਤ ਘੁਟਾਲੇ ਦੀ ਪੂਰੀ ਜਾਂਚ ਜਾਂ ਵਿਸ਼ੇਸ਼ ਆਡਿਟ ਸੂਬੇ ਦੇ ਸਾਰੇ ਮਹੱਲਾ ਅਤੇ ਆਮ ਆਦਮੀ ਕਲੀਨਿਕਾਂ ਵਿੱਚ ਕੀਤਾ ਜਾਣਾ ਚਾਹੀਦਾ ਉਹ ਕਹਿੰਦੇ ਆਪਣੇ ਪ੍ਰਮੁੱਖ ਸਿਹਤ ਪ੍ਰੋਜੈਕਟ ਤਹਿਤ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਕਲੀਨਿਕਾਂ ਵਿੱਚ ਤਨਾਤ ਡਾਕਟਰਾਂ ਨੂੰ ਪ੍ਰਤੀ ਮਰੀਜ਼ 50 ਰੁਪਏ ਦਿੰਦੀ ਹੈ ਪ੍ਰਤਾਪ ਬਾਜਵਾ ਕਹਿੰਦੇ ਹਾਲਾਂਕਿ ਇੱਕ ਡਾਕਟਰ ਨੂੰ ਲਗਭਗ 63000 ਰੁਪਏ ਪ੍ਰਤੀ ਮਹੀਨਾ ਮਿਲਦਾ ਹੈ ਇੱਕ ਕਲੀਨਿਕ ਸਹਾਇਕ ਅਤੇ ਇੱਕ ਫਾਰਮਾਸਿਸਟ ਨੂੰ ਕ੍ਰਮਵਾਰ 11000 ਅਤੇ 12000 ਰੁਪਏ ਦੀ ਘੱਟੋ-ਘੱਟ ਤਨਖਾਹ ਮਿਲਦੀ ਹੈ ਪਟਿਆਲਾ ਦੇ ਡਿਪਟੀ ਕਮਿਸ਼ਨਰ ਦੇ ਹਵਾਲੇ ਨਾਲ ਇੱਕ ਖਬਰ 'ਚ ਉਹ ਕਹਿੰਦੇ ਦਾਵਾ ਕੀਤਾ ਗਿਆ ਹੈ ਕਿ ਇੱਕ ਮਹੱਲਾ ਕਲੀਨਿਕ ਦੇ ਇੱਕ ਡਾਕਟਰ ਨੇ ਐਤਵਾਰ ਨੂੰ ਛੱਡ ਕੇ 330 ਮਰੀਜ਼ਾਂ ਦਾ ਇਲਾਜ ਕਰਨ ਦਾ ਦਾਵਾ ਕਰਕੇ ਹਰ ਮਹੀਨੇ 1.65 ਲੱਖ ਰੁਪਏ ਕਮਾਏ। ਉਹਨਾਂ ਨੇ 25 ਦਿਨਾਂ ਤੱਕ ਰੋਜ਼ਾਨਾ 132 ਮਰੀਜ਼ਾਂ ਦੀ ਜਾਂਚ ਕੀਤੀ ਹੈ। ట్ਵੀਟ ਦੇ ਵਿੱਚ ਇਲਜ਼ਾਮ ਹੈ ਪ੍ਰਤਾਪ ਸਿੰਘ ਬਾਜਵਾ ਦਾ। ਹਾਲਾਂਕਿ ਇਹਦੇ ਵਿੱਚ ਕਿਹੜਾ ਸੱਚ ਹੈ, ਕਿੰਨਾ ਸੱਚ ਨਹੀਂ ਹੈ ਕਿਉਂਕਿ ਉਹ ਇੱਕ ਖਬਰ ਦੇ ਹਵਾਲੇ ਨਾਲ ਜ਼ਿਕਰ ਕਰ ਰਹੇ ਨੇ। ਉਹ ਖਬਰ ਕਿੰਨੀ ਸੱਚੀ ਹੈ? ਕੀ ਉਹਦੀ ਇਨਵੈਸਟੀਗੇਸ਼ਨ ਹੋਈ ਹੈ? ਕੀ ਉਸ ਖਬਰ ਤੋਂ ਬਾਅਦ ਕੋਈ ਕੇਸ ਦਰਜ ਹੋ ਕੇ ਇਨਵੈਸਟੀਗੇਸ਼ਨ ਹੋਈ ਹੈ? ਇਹ ਗੱਲਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗਣਗੀਆਂ ਪਰ ਪ੍ਰਤਾਪ ਸਿੰਘ ਬਾਜਵਾ ਦਾ ਦਾਵਾ ਹੈ। ਦੇਖੋ ਮੇਰਾ ਇਹ ਮੰਨਣਾ ਹੈ ਕਿ ਅਗਰ ਕਿਸੇ ਇੱਕ ਮਹੱਲਾ ਕਲੀਨਿਕ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਅਗਰ ਤਾਂ ਜ਼ਰੂਰੀ ਨਹੀਂ ਕਿ ਪੰਜਾਬ ਦੇ ਸਾਰੇ ਮਹੱਲਾ ਕਲੀਨਿਕਾਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਹੋਣ ਗਿਆ ਇਹ ਵੀ ਸਾਨੂੰ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਮਹੱਲਾ ਕਲੀਨਿਕਾਂ ਦੇ ਵਿੱਚ ਸਾਡੇ ਡਾਕਟਰ ਸਾਡੇ ਮੁਲਾਜ਼ਮ ਸਾਰੇ ਡਾਕਟਰ ਮੁਲਾਜ਼ਮ ਕਰਪਟ ਨਹੀਂ ਹੋ ਸਕਦੇ ਇਹ ਵੀ ਸਾਨੂੰ ਧਿਆਨ ਰੱਖਣ ਦੀ ਲੋੜ ਹੈ ਪਰ ਅੱਜ ਦੀ ਸਿਆਸਤ ਇਹ ਹੈ ਕਿ ਅਗਰ ਇੱਕ ਮਹੱਲਾ ਕਲੀਨਿਕ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਖਬਰ ਹੈ ਤੇ ਉਹਨੂੰ ਸਾਰਿਆਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸੇ ਦਾ ਨਾਮ ਸਿਆਸਤ ਹੈ ਦਲਾ ਜੀ ਉਧਰ ਮੱਧ ਪ੍ਰਦੇਸ਼ ਵਿੱਚ ਕਾਂਗਰਸੀ ਆਗੂ ਕਮਲਨਾਥ ਨੂੰ ਟਿਕਟ ਦਿੱਤੇ ਜਾਣ ਤੋਂ ਬਾਅਦ ਜਿੱਥੇ 84 ਦੇ ਜਿਹੜੇ ਵਿਕਟਮ ਨੇ ਉਹ ਵਿਰੋਧਕਾਰਾਂ ਨੇ ਨਾਲ ਦੀ ਨਾਲ ਆਪਾਂ ਭਾਰਤੀ ਜਨਤਾ ਪਾਰਟੀ ਦੀ ਗੱਲ ਕਰ ਲਈਏ ਤਾਂ ਉਸ ਦੇ ਵੱਲੋਂ ਵੀ ਜੋ ਹੈ ਸਖਤ ਪ੍ਰਤੀਗਰਮ ਜ਼ਰੂਰ ਆਇਆ ਹੈ ਗੱਲ ਅਸੀਂ ਕਰ ਲਈਏ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰुण ਚੋਗੂ ਆਦਿ ਤਾਂ ਉਹਨਾਂ ਨੇ ਵੀ ਜੋ ਹੈ ਕਮਲਨਾਥ ਨੂੰ ਟਿਕਟ ਦਿੱਤੇ ਜਾਣ ਦਾ ਸਖਤ ਵਿਰੋਧ ਕੀਤਾ ਸੋ ਇਸ ਵਿਰੋਧ ਪਿੱਛੇ ਕੀ ਕਾਰਨ ਬਾਨੇ ਨੇ ਇਹਨਾਂ ਸਭ ਸਥਿਤੀਆਂ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ ਹਰਜੋਤ ਜੀ ਉਧਰ ਜਿਹੜੀ ਟਿਕਟ ਦਿੱਤੀ ਹੈ ਕਮਲਨਾਥ ਨੂੰ ਜਿਹੜੇ ਕਿ ਕਾਂਗਰਸ ਦੇ ਲੀਡਰ ਨੇ ਮੱਧ ਪ੍ਰਦੇਸ਼ ਦੇ ਵਿੱਚ ਕਮਲਨਾਥ ਨੂੰ ਟਿਕਟ ਦਿੱਤੇ ਜਾਣ ਤੋਂ ਬਾਅਦ ਇੱਕ ਵਾਰ ਫਿਰ ਵੱਡਾ ਸਿਆਸੀ ਮੁੱਦਾ ਬਣ ਗਿਆ ਕਿਉਂਕਿ ਕਮਲਨਾਥ ਦੀ ਭੂਮਿਕਾ ਦੀ ਜਾਂਚ ਜਾਰੀ ਹੈ 1984 ਦੇ ਇੱਕ ਮਾਮਲੇ ਦੇ ਵਿੱਚ ਕੁਝ ਲੋਕਾਂ ਵੱਲੋਂ ਉਹਨਾਂ ਦੇ ਖਿਲਾਫ ਸ਼ਿਕਾਇਤ ਵੀ ਕੀਤੀ ਗਈ ਸੀ ਔਰ ਇਸ ਗੱਲ ਨੂੰ ਇੱਕ ਵਾਰ ਫਿਰ ਵਿਰੋਧੀਆਂ ਨੇ ਚੱਕ ਲਿਆ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰਨ ਚੁਗ ਨੇ ਵੀ ਇੱਕ ਬਿਆਨ ਦਿੱਤਾ ਹੈ ਤੇ ਉਹਨਾਂ ਨੇ ਕਾਂਗਰਸ ਦੇ ਇਸ ਫੈਸਲੇ ਦੀ ਜਮ ਕੇ ਨਿੰਦਾ ਕੀਤੀ ਹੈ ਹਾਲਾਂਕਿ ਆਉਣ ਵਾਲੇ ਸਮੇਂ ਦੇ ਵਿੱਚ ਕਮਲਨਾਥ ਜਾਂ ਕਾਂਗਰਸ ਦੇ ਹੋਰ ਲੀਡਰਾਂ ਦਾ ਕੀ ਰਿਐਕਸ਼ਨ ਹੋਏਗਾ ਉਹਦਾ ਇੰਤਜ਼ਾਰ ਰਹੇਗਾ ਪਰ ਤਰਨ ਚੁਗ ਹੋਣਾ ਦਾ ਜਿਹੜਾ ਬਿਆਨ ਹੈ ਉਹ ਜ਼ਰੂਰ ਇੱਕ ਵਾਰ ਸੁਣੀਏ ਗਾਂਧੀ ਪਰਿਵਾਰ ਦੇ ਇਸ਼ਾਰਿਆਂ ਤੇ 1984 ਚ ਹਜ਼ਾਰਾਂ ਸਿੱਖਾਂ ਦੀ ਕਤਲੋਗਾਰਤ ਹੁੰਦੀ ਹੈ ਚੁੰਚੁੰਕੇ ਸਿੱਖਾਂ ਦੇ ਦੁਕਾਨਾਂ, ਤਾਰੋਵਾਰ, ਸਕੂਲ, ਕਾਲਜਿਸ ਔਰ ਗੁਰਦੁਆਰੇ ਸਾਡੇ ਜੰਦੇ ਔਰ ਇਹ ਸਾਰਾ ਕੰਮ ਗਾਂਧੀ ਪਰਿਵਾਰ ਦੇ ਸ਼ਾਰਿਆਂ ਤੇ ਹੁੰਦਾ ਔਰ ਜਿਹੜੇ ਅਪਰਾਧੀ ਇਹ ਸਾਰੇ ਕੰਮ ਨੂੰ ਕਰਦੇ ਨੇ ਉਹ ਕਾਂਗਰਸ ਲੀਡਰਾਂ ਨੂੰ ਮਹਾ ਮੰੰਡਿਤ ਕੀਤਾ ਜਾਂਦਾ 40 ਸਾਲ ਔਰ ਨੂੰ ਪਾਲਿਆ ਜਾਂਦਾ ਪੋਸਿਆ ਜਾਂਦਾ ਔਰ ਜਦੋਂ ਚਸ਼ਮ ਦੀਦ ਉਹ ਵੀ ਉਦੋਂ ਜਦੋਂ ਮੋਦੀ ਜੀ ਔਰ ਐਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਔਰ ਐਸੇ ਕਮਿਸ਼ਨ ਮਨਾਂਦੇ ਤੇ ਅਦਾਲਤ ਚ ਜਾ ਕੇ ਬਿਆਨ ਦਰਜ ਕਰਾਂਦੇ ਕਿ ਕਮਲਨਾਥ ਜਦੋਂ ਗੁਰਦੁਆਰਾ ਸਾੜਿਆ ਜਾ ਰਿਆ ਸੀ ਤੇ ਕਮਲਨਾਥ ਉਸ ਗੁਰਦੁਆਰੇ ਸਾੜਨ ਵਾਲੇ ਮੌਬ ਦਾ ਨੇਤ੍ਰਿਤ ਕਰ ਰਿਆ ਸੀ ਉਸ ਕਮਲਨਾਥ ਨੂੰ ਟਿਕਟ ਦੇ ਕੇ ਮਹਾ ਮੰਡਿਤ ਕੀਤਾ ਜਾ ਰਿਹਾ ਹੈ ਔਰ ਸਿੱਖਾਂ ਦੇ ਜ਼ਖਮਾਂ ਤੇ ਨਮਕ ਚਿੰਕੇ ਜਾ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਨਾ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਨ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ